हेलो, तुहाडा स्वागत है साडे यूट्यूब चैनल ते। उम्मीद करदी हां तुसीं वधिया और ठीक ठाक होवोगे। जिद्दां कि अज रखड़ी है, सारिआं नालों पहलां तुहानूं रखड़ी दीआं बहुत बहुत मुबारकां शुभकामनावां सारिआं वीरां भैणां नूं, जिद्दां कि सारिआं लई इह तिहार खुशियां भरिआ आवे। हर साल इदां ही खुशियां नाल असीं मनाईए ते सारिआं वीरां भैणां नूं बहुत बहुत शुभकामनावां। ते अज असीं रखड़ी दी शुभ अवसर ते तुहाडे नाल वीडियो शेयर कर रहे हैं कि अज असीं रखड़ी बन्नांगे अपने वीर नूं, ते उहदे नाल जिहड़ी साडी बेटी है उह वी अपने भरा नूं रखड़ी बन्नेगी। इदां ही जिद्दां कि सारी दुनिया विच इह तिहार बहुत ही वधिया ते भैण भरा दा इक रिश्ता है जिहड़ा कि हर साल इदां आउंदा है ते बहुत ही खुशियां नाल भरिया जिहा हुंदा, क्योंकि वीर भैण इक तो दूजे तो दूर वी है ते तां वी उह इक अहसास जिहा रहिंदा। हेलो, तुहाडा स्वागत है साडे यूट्यूब चैनल ते। उम्मीद करदी हां तुसीं वधिया ठीक ठाक होवोगे। अज जिद्दां कि रखड़ी है उहदियां सारिआं नालों पहलां तुहानूं मुबारकां देना चाहुंदी हां, बहुत बहुत मुबारकां बधाईआं जी रखड़ी दीआं। ते अज रक्षाबंधन है ते रक्षाबंधन दे मौके ते मैं सोचिआ कि चलो अज इक वीडियो तुहाडे नाल शेयर करदे हां रक्षाबंधन दी। ते सारिआं भैणां भरावां नूं रखड़ी दीआं बहुत बहुत बधाईआं। ते चलो फिर अज बंदे हैं अपने वीर नूं रखड़ी। चलो हुण दूजे भैण भरा आ जा श्रुति का गिफ्ट की है हुण उन्होंने देता है श्रुति नूं पहले क्योंकि तुहानूं थोड़ा जिहा क्लिप शो कर दांगे। गिफ्ट इहदा हैगा इक हैमस्टर नहीं हैमस्टर हैमस्टर की हैमस्टर नाम नहीं आंदा हैमस्टर ते ओह इहनूं पसंद सीगा सानूं हजे पसंद ओह तां मैं वीडियो च शो कर ही दांगी की गल ते पैसे भी मिल गए हैं दोनों काम ओह भी लैके देता दोनों की जिद नाल समझ लो इहने भी जिद कर ली कि देना ही देना। चलो श्रुति बनने लगी पापा नूं रखड़ी क्योंकि भैणां हुण दूर है ते कहिंदे धीआं भैणां इक बराबर, इस करके कुड़ी हुण बनूगी अपने पापा नूं ही रखड़ी। भैणां रखड़ी बन्नगी कुड़ी भैणां दी रखड़ी दूजी तरह बन रखड़ी बांधी भरा पता नहीं कोली टेकी ना ऐ करके दे दी थोड़ा जा क्लिप साडे पा लगे छोटी पहला छोटे नहीं कर दी रखड़ी बन के नाल ही
ਪਹਿਲਾਂ ਪੈਸੇ ਦੇ ਦੇ ਕੁੜੀ ਨੇ ਬਹੁਤ ਸ਼ੌਂਕ ਹੈ ਕੁੜੀ ਨੇ ਬਹੁਤ ਸ਼ੌਂਕ ਹੈ ਰੱਖੜੀ ਬਣਾਉਣ ਦਾ ਮਿਲਿਆ ਹੈ ਦੋ ਦਿਨ ਹੋ ਗਏ ਹੈ ਉਹਦੇ ਨਾਲ ਦੇਖਦੀ ਵੀ ਰਹਿੰਦੀ ਵੀ ਅੱਗੇ ਪਤਾ ਨੀ ਮੈਨੂੰ ਤੇ ਦੇਖਦੇ ਕਿੰਨੇ ਕੁ ਦਿਨ ਰੱਖਦੇ ਆ ਮੈਨੂੰ ਤਾਂ ਇੰਨਾ ਉਹ ਵਧੀਆ ਨਹੀਂ ਲੱਗਦਾ ਵੈਸੇ ਪਰ ਇਹਨਾਂ ਦਾ ਸ਼ੌਕ ਸੀਗਾ ਉਹ ਲਿਆਂਦਾ ਹੈ ਤੇ ਉਹਦਾ ਕਲਿੱਪ ਜਿਹੜਾ ਥੋੜ੍ਹੀ ਜਿਹੀ ਜਿੰਨੀ ਕੁ ਵੀਡੀਓ ਦੀ ਸ਼ੂਟ ਕੀਤੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਥੋੜ੍ਹਾ ਜਿਹਾ ਛੋਟਾ ਜਿਹਾ ਕਲਿੱਪ ਪਾ ਦਾਂਗੇ ਹਾਂ ਦੇਖੋ ਅਸੀਂ ਆਏ ਹਾਂ ਜਿੱਥੋਂ ਜਾਨਵਰ ਮਤਲਬ ਸਾਰੇ ਤਰ੍ਹਾਂ ਦੇ ਮਿਲਦੇ ਆ ਉਸ ਦੁਕਾਨ 'ਤੇ ਆਏ ਹਾਂ ਕੁੜੀ ਬਹੁਤ ਜ਼ਿਆਦਾ ਮਗਰ ਪਈ ਸੀ ਮੈਂ ਤੁਹਾਨੂੰ ਦੱਸਿਆ ਕਿ ਕਹਿੰਦੀ ਮਿਲ ਲੈਣਾ ਮੈਨੂੰ ਤਾਂ ਇੰਨਾ ਜ਼ਿਆਦਾ ਲੱਗਦਾ ਨਹੀਂ ਇੱਦਾਂ ਦੇ ਆ ਖਰਗੋਸ਼ ਹੈ ਮੈਨੂੰ ਨਹੀਂ ਜ਼ਿਆਦਾ ਮਤਲਬ ਕਿ ਪਹਿਲੇ ਜੋ ਸੀਗਾ ਉਹ ਠੀਕ ਹੈ ਮੈਨੂੰ ਨਹੀਂ ਇੰਨਾ ਜ਼ਿਆਦਾ ਪਸੰਦ ਹੈਗਾ ਇੰਨੇ ਫੌੜੀ ਮਗਰ ਪਈ ਹੈ ਇੰਨਾ ਕਈਆਂ ਦਿਨਾਂ ਦੀ ਮੇਰੀ ਜਾਨ ਖਾਧੀ ਹੈ ਇਹਨੇ ਕੁੜੀ ਨੇ ਅਤੇ ਵੀ ਚਲੋ 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 ਬੜਾ ਕਿਹਾ ਨਹੀਂ 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 ਹਾਰ ਕੇ ਪਤਾ ਨਹੀਂ ਹਾਰ ਹੀ ਗਏ ਹੁਣ ਅਸੀਂ ਇਹਦੇ ਅੱਗੇ ਲੈ ਕੇ ਆਈ ਹਾਂ ਇਹਨੂੰ ਨਾਲ ਅਤੇ ਆਹ ਦੇਖ ਲਓ ਆ ਜਾਨਵਰ ਵੀ ਮੈਨੂੰ ਦੇਖਣ ਦਾ ਵੀ ਨਹੀਂ ਦਿਲ ਕਰਦਾ ਇੰਡੀਆ ਦੇ ਚੂਹੇ ਜਿਹੜੇ ਚੂਹੇ ਨਹੀਂ ਹੁੰਦੇ ਇੱਕ ਤਾਂ ਇਹ ਚੂਹੇ ਹੈ ਅਤੇ ਜਿਹੜੇ ਇੰਨੇ ਲੈਣੇ ਉਹ ਵੀ ਇੱਦਾਂ ਦੇ ਨਾਲ ਦੇ ਮੈਨੂੰ ਲੱਗਦੇ ਚੂਹੇ ਜਿਹੇ ਮੈਨੂੰ ਤਾਂ ਦੇਖਣ ਦਾ ਵੀ ਨਹੀਂ ਦਿਲ ਕਰਦਾ ਪਰ ਕੀ ਕਰੀਏ ਨਿਆਣਿਆਂ ਦੀ ਜਿੱਦ ਹੈ ਨਾ ਬੱਚੇ ਜਿਹੜੇ ਜਿੱਦ ਕਰਦੇ ਉਹਦੇ ਅੱਗੇ ਹਾਰਨਾ ਪੈਂਦਾ ਆ ਜਿਹੜਾ ਲੈਣਾ ਹੈ ਉਹ ਮੇਰੇ ਕੋਲ ਇਹ ਹੈ ਕਨਿਕਾ ਜਿਹਾ ਸੁੱਤਿਆ ਪਿਆ ਇੱਥੇ ਫਿਰ ਦੇਖਦੇ ਹਾਂ ਕਿਹੜਾ ਪਸੰਦ ਆਉਂਦਾ ਕਿਹੜਾ ਇਹਨੂੰ ਨਹੀਂ ਆਉਂਦਾ ਇੱਥੇ ਸਾਰੀਆਂ ਤਰ੍ਹਾਂ ਦੀਆਂ ਚੀਜ਼ਾਂ ਮਿਲਦੀਆਂ ਸਾਰ ਹਰੇਕ ਤਰ੍ਹਾਂ ਦੇ ਜਾਨਵਰ ਇਹ ਚੂਹੇ ਵੀ ਲੋਕ ਲੈਂਦੇ ਭਾਈ ਇੰਡੀਆ ਤਾਂ ਇੱਦਾਂ ਮਾਰ ਛੜੀ ਦੇ ਉਹਨਾਂ ਦਾ ਸਾਰਾ ਸਮਾਨ ਹੈ ਇੱਥੇ ਦੁਕਾਨ 'ਤੇ ਇੱਥੇ ਜੋ ਖਾਣਾ ਇਹਨਾਂ ਦੀ ਖੁਰਾਕ ਵੀ ਔਰ ਹੋਰ ਵੀ ਜਿਹੜੇ ਜਿਨ੍ਹਾਂ 'ਚ ਰੱਖਣਾ ਖੇਲਣਾ ਸਭ ਕੁਛ ਇਹਨਾਂ ਦੇ ਮੁਤਾਬਕ ਜੋ ਹੈਗੀਆਂ ਉਹ ਹੈ ਇੱਥੇ ਰੱਖੀਆਂ ਇਹਨਾਂ ਨੇ ਆਹ ਦੇਖੋ ਤੋਤੇ ਹਰ ਇੱਕ ਤਰ੍ਹਾਂ ਦੇ ਤੋਤੇ ਜਿਹੜੇ ਮਰਜ਼ੀ ਲੈ ਲਓ ਤੁਸੀਂ ਜਿੱਦਾਂ ਦੇ ਮਰਜ਼ੀ ਰੰਗ ਬਿਰੰਗੀਆਂ ਚਿੜੀਆਂ ਕਬੂਤਰ ਪਤਾ ਨਹੀਂ ਕੀ ਜਾਨਵਰ ਹੈ ਵੀ ਸੋਹਣੇ ਛੋਟੇ ਛੋਟੇ ਜਿਹੇ ਦੇਖਣ ਮੱਛੀਆਂ ਵੀ ਹੈਗੀਆਂ ਰੰਗ ਬਿਰੰਗੀਆਂ ਮੱਛੀਆਂ ਦੇਖਣ ਲਈ ਸੋਹਣਾ ਲੱਗਦੀਆਂ ਨਿੱਕੀ ਨਿੱਕੀਆਂ ਜਿਹੀਆਂ ਕਿੰਨੀ ਸੋਹਣੀਆਂ ਕੁਦਰਤ ਦਾ ਕਰਿਸ਼ਮਾ ਦੇਖ ਲਓ ਨਿੱਕ ਛੋਟੇ ਛੋਟੇ ਜਾਨਵਰ ਕਿੱਦਾਂ ਰੱਖੇ ਕਿੱਦਾਂ ਰਹਿੰਦੇ ਪਏ ਜੀ ਜਿਉਂਦੇ ਪਏ ਬੋਕਸਾਂ ਦੇ ਅੰਦਰ ਛੋਟੇ ਛੋਟੀਆਂ ਹੈ ਬਿਲਕੁਲ ਮੱਛੀਆਂ ਜਿਹੜੀਆਂ ਨਾ ਜ਼ਿਆਦਾ ਵੱਡੀਆਂ ਸਾਰੇ ਇੱਧਰ ਇੱਧਰ ਵੀ ਸਾਰੇ ਇੱਧਰ ਹਾਂਜੀ ਤੁਹਾਨੂੰ ਜਿਹੜਾ ਕਲਿੱਪ ਸ਼ੋਅ ਕੀਤਾ ਦੱਸਿਆ ਹੈ ਤੇ ਉਮੀਦ ਕਰਦੇ ਹਾਂ ਉਹ ਵੀ ਵਧੀਆ ਲੱਗਿਆ ਹੋਏਗਾ ਕਮੈਂਟ ਕਰਕੇ ਦੱਸਣਾ ਵੀ ਤੁਹਾਨੂੰ ਕਿੱਦਾਂ ਦਾ ਲੱਗਾ ਤੇ ਸਾਰਿਆਂ ਨੂੰ ਰੱਖੜੀ ਦੀਆਂ ਬਹੁਤ ਬਹੁਤ ਸ਼ੁਭਕਾਮਨਾ ਤੇ ਮਿਲਦੇ ਹਾਂ ਆਪਣੀ ਨੈਕਸਟ ਵੀਡੀਓ ਵਿੱਚ ਹੋਰ ਕਿੱਥੇ ਲੈ ਕੇ ਜਾਂਦੇ ਹਾਂ ਕਿਹੜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਉਦੋਂ ਤੱਕ ਬਾਏ ਟੇਕ ਕੇਅਰ।